ਪਟ ਰਹੇ ਨਬੀ ਹਮਾਰਾ ਬੜਾ ਸਖੀ ਰਹੇ ਖਜ਼ਾਨੇ ਰਹਿਮਤ ਕੇ ਪਟ ਰਹੇ ਨਬੀ ਹਮਾਰਾ ਬੜਾ ਸਖੀ ਹੈ ਖਜ਼ਾਨੇ ਰਹਿਮਤ ਕੇ ਪਟ ਰਹੇ ਨਬੀ ਹਮਾਰਾ ਬੜਾ ਸਖੀ ਹੈ ਖਜ਼ਾਨੇ ਰਹਿਮਤ ਕੇ ਬਟ ਰਹੇ ਹੈ ਨਬੀ ਹਮਾਰਾ ਬੜਾ ਸਖੀ ਹੈ ਕਰੀਮ ਕੀ ਹੈ ਕਰਮ ਨਵਾਜ਼ੀ ਹਮਾਰੀ ਝੋਲੀ ਲਾਲੀਦਾਸ ਮਹਾਰਾਜ ਪਟਿਆਲੇ ਵਾਲੇ ਫਕਰਾਂ ਦਾ ਬੇੜਾ ਹੈ ਜਿੱਥੇ ਉਹਨਾਂ ਦਾ ਜ਼ਿਕਰ ਹੋ ਰਿਹਾ ਜਾਂ ਜ਼ਿਕਰ ਹਬੀਬ ਹੋਤਾ ਹੈ ਖੁਦਾ ਉਨਕੇ ਕਰੀਬ ਹੋਤਾ ਹੈ ਗੰਗਾ ਦਾ ਤੇਰੀ ਚੌਕਟ ਸੇ ਮਾਂਗਣੇ ਵਾਲਾ ਕੌਣ ਕਹਿਤਾ ਹੈ ਕਿ ਗਰੀਬ ਹੋਤਾ ਹੈ ਸਰਕਾਰ ਦਾ ਬੇੜਾ ਹੈ ਹਮੀ ਦੋਨੋਂ ਤੋਂ ਹੁਸਨੋ ਇਸ਼ਕ ਕੀ ਦੁਨੀਆ ਕੇ ਹੈ ਮਾਲਿਕ ਹੁਕਮ ਲਾ ਕਿਸਨੀਆ ਮੇਰੇ ਬਾਪ ਨੇ ਅਰਦਾ ਇੱਕ ਸੁਣ ਲੈ ਪਰ ਕਿਸੇ ਦੀ ਜੇ ਕੰਨ ਲਾ ਕੇ ਸੁਣ ਲੈਣਾ ਉਹ ਕੰਨ ਲਾ ਕੇ ਸੁਣੀਆ ਮੇਰੇ ਬਾਪ ਨੇ ਅਰਦਾ ਦੁੱਖੜੇ ਸੁਣਾ ਕੇ ਮਜ਼ਾ ਆ ਗਿਆ ਬਾਪੂ ਕੋ ਕਭੀ ਯਾਦ ਕਰ ਕਰ ਕਿਉਂਕਿ ਮੇਰਾ ਬਾਪੂ ਜ਼ਿੰਦਾ ਡੇਰੇ ਮੇ ਆਜ ਵੀ ਹੈ ਜਿਹਨੇ ਜਾ ਕੇ ਦੇਖਣਾ ਇੱਕ ਵਾਰੀ ਦੁਬਾਰਾ ਵੈਸੇ ਮੈਂ ਸ਼ੇਰ ਪੜ ਦਿੰਦਾ ਕਿਉਂਕਿ ਤਵੱਜੋ ਨਹੀਂ ਸੀਗੀਆਂ ਦੀ ਬਾਪੂ ਕੇ ਪਿਆਰ ਕੀ ਚਮਕ ਹਮਾਰੇ ਚਿਹਰੇ ਪੇ ਆਜ ਵੀ ਹੈ ਵੋ ਦੇਖਤੇ ਰਹਤੇ ਹੈ ਉਨਕੀ ਨਜ਼ਰ ਹਮ ਪੇ ਆਜ ਵੀ ਹੈ ਮੈਂ ਰੋਤਾ ਨਹੀਂ ਕਭੀ ਗੰਗਾ ਦਾਸ ਕੋ ਯਾਦ ਕਰ ਕਰ ਕਿਉਂਕਿ ਮੇਰਾ ਬਾਪੂ ਡੇਰੇ ਮੇ ਜਾ ਕੇ ਦੇਖੋ ਜ਼ਿੰਦਾ ਆਜ ਵੀ ਹੈ ਉਹ ਕੰਨ ਲਾ ਕੇ ਸੁਣੀਆ ਕੁੰਭ ਦਾਸ ਨਹੀਂ ਆਉਂਦਾ ਉਹ ਦੁੱਖੜੇ ਸੁਣਾ ਕੇ ਮਜ਼ਾ ਆ ਗਿਆ ਖੈਰਾਤ ਪਾਈ ਮੇਰੇ ਬਾਪੂ ਨੇ ਮੈਨੂੰ ਛੋੜੀ ਫੈਲਾ ਕੇ ਮਜ਼ਾ ਆ ਰਿਹਾ
ਉਹ ਜਦੋਂ ਦੀਆਂ ਫੜੀਆਂ ਲਾਲੀ ਦਾਸ ਨੇ ਡੋਰਾ ਬਾਬੇ ਜਦੋਂ ਕੱਟੀ ਜਾਂਦੀ ਤੰਗ ਹੀ ਕੱਟੀ ਜਾਂਦੀ ਹੈ। ਅੱਛਾ ਜਦੋਂ ਜੇ ਡੋਰ ਕਿਤੇ ਬਾਪੂ ਦੇ ਹੱਥ 'ਚ ਹੋਵੇ ਨਾ ਤਾਂ ਗੱਲ ਉਹਦੀ ਆ, ਪਤੰਗ ਨੂੰ ਤਾਂ ਲੋਕੀ ਖਿੱਚ ਖਿੱਚ ਕੇ ਪਾਰ ਦਿੰਦੇ ਨੇ ਮੇਰੀ ਹੈ ਮੇਰੀ, ਪਰ ਜੇ ਡੋਰ ਜੇ ਕਿਤੇ ਬਾਪੂ ਦੇ ਹੱਥ 'ਚ ਹੋਵੇ ਨਾ ਕਿਤੇ ਉਹ ਜਦੋਂ ਦੀਆਂ ਫੜੀ ਗੰਗਾ ਦਾਸ ਨੇ ਡੋਰਾ ਨਾ ਰਹੀਆਂ ਨੇ ਥੋੜਾ ਨਾ ਪਈਆਂ ਨੇ ਲੋੜਾ, ਬੜਾ ਮਾਣ ਰੱਖਿਆ ਗਰੀਬਾਂ ਦਾ ਬਾਪੂ ਇਹ ਕੁੱਲੀ ਸਜਾ ਕੇ ਮਜ਼ਾ ਆ ਗਿਆ ਇਹ ਬੜਾ ਮਾਣ ਰੱਖਿਆ ਗਰੀਬਾਂ ਦਾ ਬਾਪੂ ਕੁੱਲੀ ਸਜਾ ਕੇ ਮਜ਼ਾ ਆ ਗਿਆ। ਕਿਉਂਕਿ ਹਰ ਦੌਰ ਮੇਂ ਇਨਸਾਨ ਕੀ ਜ਼ਿੰਦਗੀ ਇੱਕ ਜੈਸੀ ਨਹੀਂ ਚਲਤੀ, ਚਲਤੀ ਹੈ ਜਬ ਗੰਗਾ ਦਾਸ ਕੀ ਤੋ ਫਿਰ ਕਿਸੀ ਕੀ ਨਹੀਂ ਚਲਤੀ, ਚਲਤੇ ਹੈ ਫਕੀਰੋ ਕੇ ਇਸ਼ਾਰੇ ਪੇ ਸ਼ਹਿਨਸ਼ਾਹ, ਸ਼ਾਹੋ ਕੇ ਇਸ਼ਾਰੇ ਪੇ ਕਭੀ ਫਕੀਰੀ ਨਹੀਂ ਚਲਤੀ। ਬਾਪੂ ਦਾ ਵਿਹੜਾ ਹੈ ਤਾਂ ਮੈਂ ਕਿਉਂ ਨਾ ਕਮਾਂ, ਮੁਝੇ ਕਿਆ ਖਬਰ।